ਪੰਜਾਬੀ ਫਿਲਮ ਲੰਡਨ ਦੀ ਹੀਰ ਦਾ ਪ੍ਰੀਮੀਅਰ ਸ਼ੋਅ ਖੰਨਾ ਦੇ ਗੋਲਡਨ ਗ੍ਰੇਨ ਕਲੱਬ ਵਿੱਚ ਕੀਤਾ ਗਿਆ। ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਰਿੰਦਰ ਵਾਲੇ ਦੀ ਦਿਸ਼ਾ ਨਿਰਦੇਸ਼ਨਾ ਹੇਠ ਬਣੀ ਇਸ ਪੰਜਾਬੀ ਫਿਲਮ ਦੀ ਸ਼ੂਟਿੰਗ ਪੰਜਾਬ ਅਤੇ ਲੰਡਨ ਵਿੱਚ ਕੀਤੀ ਗਈ ਹੈ। ਇਸ ਮੌਕੇ 'ਤੇ ਫਿਲਮ ਦੇ ਹੀਰੋ ਗਾਇਕ ਅੰਮ੍ਰਿਤ ਸਾਹਿਬ, ਗਾਇਕ ਲਾਭ ਜੰਜੂਆ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ। ਫਿਲਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਫਿਲਮ ਵੱਡੇ ਪੱਧਰ 'ਤੇ ਜਾਰੀ ਕੀਤੀ ਜਾਵੇਗੀ। ਇਹ ਫਿਲਮ ਸਾਡੀ ਟੀਮ ਨੂੰ ਪਤਾ ਹੈ ਵੀ ਇਹ ਕਿਸ ਤਰ੍ਹਾਂ ਮੰਜ਼ਿਲ 'ਤੇ ਪਹੁੰਚ ਗਈ ਆ ਅਤੇ ਅੱਜ ਤੁਸੀਂ ਉਸ ਫਿਲਮ ਦਾ ਆਨੰਦ ਮਾਣਿਆ। ਕਹਾਣੀ ਵੀ ਤੁਸੀਂ ਦੇਖੀ ਆ ਵੀ ਇੱਕ ਮੈਸੇਜ ਵੀ ਕਹਾਣੀ ਦੇ ਵਿੱਚ ਵੈਸਟਰਨ ਔਰ ਇੰਡੀਅਨ ਕਲਚਰ ਨੂੰ ਅਸੀਂ ਮਿਕਸ ਕੀਤਾ ਅਤੇ ਬਾਕੀ ਹਜੇ ਕਮੀਆਂ ਨੇ ਜਿਹੜੀਆਂ ਅਸੀਂ ਦੂਰ ਕਰਕੇ ਜਦੋਂ ਸਿਨੇਮੇ ਦੇਖੋਗੇ ਤਾਂ ਤੁਹਾਨੂੰ ਇਹ ਕੋਈ ਵੀ ਕਮੀ ਨਜ਼ਰ ਨਹੀਂ ਆਊਗੀ ਅਤੇ ਅਗਲੀ ਵਾਰ ਅਸੀਂ ਜਦੋਂ ਇਕੱਠੇ ਹੋਵਾਂਗੇ ਤਾਂ ਸਾਰੀਆਂ ਕਮੀਆਂ ਦੇ ਨਾਲ ਅਸੀਂ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਿਊਰੋ ਰਿਪੋਰਟ, ਆਪਣਾ ਟੀਵੀ, ਖੰਨਾ।